हेलो स्टूडेंट्स हुन ਆਪਾਂ ਕਰਾਂਗੇ ਕੰਟੀਨਿਉਟੀ ਦਾ 18ਵਾਂ ਲੈਕਚਰ ਇਹਦੇ ਚ ਆਪਾਂ ਸਟਾਰਟ ਕਰ ਲੱਗੇ ਆ ਐਨਸੀਆਰਟੀ ਦੇ ਕੁਐਸਚਨ ਨੰਬਰ 11 ਇਹਦੇ ਚ ਆਪਾਂ ਨੂੰ ਕਿਹਾ ਗਿਆ ਕਿ ਪੁਆਇੰਟ ਆਫ ਡਿਸਕੰਟੀਨਿਉਟੀ ਫਾਈਂਡ ਆਊਟ ਕਰਕੇ ਦੱਸੋ ਤਾਂ ਇਹ ਸਟੇਟਮੈਂਟ ਆ ਆਪਣੇ ਕੋਲੇ ਇਹਦੇ ਕੇਸਿਸ ਜਿਹੜੇ ਬਣਨਗੇ ਇੱਕ ਤਾਂ ਬਨੇਗਾ ਪਹਿਲਾ ਕੇਸ ਵੈਨ ਐਕਸ ਇਜ਼ ਲੈਸਰ ਥੈਨ 2 ਠੀਕ ਹੈ ਜਦੋਂ ਐਕਸ ਲੈਸਰ ਥੈਨ 2 ਹੈ ਤਾਂ ਫੰਕਸ਼ਨ ਕਿਹੜਾ ਸਿਲੈਕਟ ਹੋਏਗਾ ਇਹ ਵਾਲਾ ਤਾਂ ਅਸੀਂ ਲਿਖਿਆ f(x) x^3 3 ਨਾਲ ਦੀ ਨਾਲ ਇਸ ਫੰਕਸ਼ਨ ਨੂੰ ਆਪਾਂ ਰਿਕੋਗਨਾਈਜ਼ ਕਰ ਲਿਆ ਕਿਹੜਾ ਫੰਕਸ਼ਨ ਹੈ ਪੋਲੀਨੋਮੀਅਲ ਫੰਕਸ਼ਨ ਪੋਲੀਨੋਮੀਅਲ ਫੰਕਸ਼ਨ ਬਾਰੇ ਆਪਾਂ ਨੂੰ ਪਤਾ ਹੈ ਕਿ ਪੋਲੀਨੋਮੀਅਲ ਫੰਕਸ਼ਨ ਕੀ ਹੁੰਦਾ ਹੈ 에ਵਰੀਵੇਅਰ ਕੰਟੀਨਿਊਸ ਇਹ ਆਈ ਬਟਨ ਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਕਿਹੜੇ-ਕਿਹੜੇ ਆਪਣੇ ਫੰਕਸ਼ਨਸ ਜਿਹੜੇ ਉਹ 에ਵਰੀਵੇਅਰ ਕੰਟੀਨਿਊਸ ਦੀ ਕੈਟਾਗਰੀ 'ਚ ਆਉਂਦੇ ਆਪਾਂ ਉਹਦੇ ਤੇ ਇੱਕ ਵੀਡੀਓ ਬਣਾਈ ਸੀਗੀ ਤਾਂ ਜੇ ਇਹ ਪੋਲੀਨੋਮੀਅਲ ਫੰਕਸ਼ਨ ਹੈ ਤਾਂ ਇਹ ਵਾਲਾ ਜਿਹੜਾ ਫੰਕਸ਼ਨ ਹੈ ਫਿਰ हर एक किटीन्यूअस है पोलीनोमीअल बारे आप कह चुके तो फिर यह एक्स लैस दैन टू वास्ते भी कॉन्टीन्यूस होएगा ही होएगा ओके केस टू वैन एक्स इज़ ग्रेटर दैन टू ग्रेटर दैन टू मतलब ए वाला केस तो इतने आप देखते फंक्शन साढ़ा ही सिलेक्ट हो गया एक ही है पोलीनोमीअल फंक्शन सेम वर्डिंग आ जाएगी कि वी नो दैट पोलीनोमीअल फंक्शन इज़ एवरीवेयर कॉन्टीन्यूअस जे एवरीवेयर कॉन्टीन्यूअस है तो फिर एक्स ग्रेटर दैन टू लिए भी कॉन्टीन्यूस होएगा ही होएगा थर्ड केस हम अपना फंक्शन है जो देखो टू ते सैचुरेट कर रहा है तो आप कॉन्टीन्यूटी फाइंड आउट करा एट एक्स इज इक्वल टू टू दैफ्ट लिमिट शुरू करती एक्सप्रोच टू टू नैगेटिव फंक्शन कड़ा है टू नैगेटिव वास्ते एक्स क्यू माइनस थ्री जो लिमिट पुट की तो टू क्यू माइनस थ्री एक कैलकुलेशन करके आ गया फाइव बाद राइट लिमिट शुरू करती है अपना लिमिट एक्स प्रोचस टू टू पॉजिटिव फंक्शन कह सिलेक्ट होएगा ए वाला एक्स स्क्र प्लस वन जो तो लिमिट पुट करा तो कैलकुलेशन करके आ जाएगा फाइव फिर फंक्शन टू पुट करना है कि फंक्शन पुट होएगा उपरवाले क्योंकि इतने इकअल टू वास्ते यही यूज़ करना आपका जो तो इतने एक्स की जगह पर आप टू पुट किया बन गया फाइव तो लैफ्ट लिमिट की वैल्यू रइट लिमिट की वैल्यू तो फंक्शन की वैल्यू एट टू तिने की आ गई फाइव तो आप कह सकते हैं कि फंक्शन साहब कॉन्टीन्यूअस है एट एक्स इज ईक्वल टू टू पर ਜੇ ਆਪਾਂ ਓਵਰオール ਕੁਐਸਚਨ ਦੀ ਗੱਲ ਕਰੀਏ ਤਾਂ ਆਪਾਂ ਨੂੰ ਇੱਕ ਵੀ ਪੁਆਇੰਟ ਹੈ ਜਿਹੜਾ ਉਹ ਡਿਸਕੰਟੀਨਿਉਟੀ ਦਾ ਨਹੀਂ ਲੱਭਿਆ ਤਾਂ ਐਂਡ ਆਪਾਂ ਇਸ ਤਰ੍ਹਾਂ ਲਿਖਾਂਗੇ ਹੈਂਸ f ਹੈਜ਼ ਨੋ ਪੁਆਇੰਟ ਆਫ ਡਿਸਕੰਟੀਨਿਉਟੀ ਹੁਣ ਇਹਦਾ ਗ੍ਰਾਫ ਦੇਖਦੇ ਆਪਾਂ ਤਾਂ ਆਪਾਂ ਨੂੰ ਕਿਹਾ ਸੀ x ਲੈਸ ਥੈਨ অর ਇਕੁਅਲ ਟੂ 2 ਵਾਸਤੇ ਇਹ ਫੰਕਸ਼ਨ ਹੈ ਤਾਂ ਉਹਦਾ ਗ੍ਰਾਫ ਕੁਝ ਇਸ ਤਰ੍ਹਾਂ ਦਾ ਹੋਏਗਾ ਇੱਥੋਂ ਸ਼ੁਰੂ ਹੋ ਜਾਏਗਾ ਤਾਂ ਇੱਥੋਂ ਤੱਕ ਆ ਜਾਏਗਾ ਠੀਕ ਹੈ ਕਿਹੜਾ x 3 3 ਦਾ ਉਸ ਤੋਂ ਬਾਅਦ x 2 ਤੋਂ ਵੱਡੇ ਵਾਸਤੇ ਆਪਣਾ ਫੰਕਸ਼ਨ ਹੈ x2 1 ਤਾਂ ਉਹਦਾ ਗ੍ਰਾਫ ਕੁਝ ਇਸ ਤਰ੍ਹਾਂ ਦਾ ਹੋ ਜਾਏਗਾ ਠੀਕ ਹੈ ਹੁਣ ਆਪਾਂ ਓਵਰオール ਗ੍ਰਾਫ ਤੇ ਨਜ਼ਰ ਮਾਰੀਏ ਤਾਂ 2 ਤੋਂ ਲੈਫਟ ਵਾਸਤੇ ਸਾਰਾ ਗ੍ਰਾਫ ਕੰਟੀਨਿਊਸ ਹੈ 2 ਤੋਂ ਗ੍ਰੇਟਰ ਵਾਸਤੇ ਸਾਰਾ ਗ੍ਰਾਫ ਕੰਟੀਨਿਊਸ ਹੈ 2 ਤੇ ਦੇਖੀਏ ਤਾਂ 2 ਤੇ ਲੈਫਟ ਲਿਮਟ ਦੀ ਵੈਲਿਊ 5 ਹੈ 2 ਤੇ ਰਾਈਟ ਲਿਮਟ ਦੀ ਵੈਲਿਊ ਵੀ 5 ਹੈ ਤੇ ਫੰਕਸ਼ਨ ਦੀ ਵੈਲਿਊ 2 ਤੇ ਦੇਖੀਏ ਉਹ ਵੀ 5 ਫੰਕਸ਼ਨ ਹੈ ਜਿਹੜਾ ਉਹ ਐਟ ਪੁਆਇੰਟ 2 ਵੀ ਕੰਟੀਨਿਊਸ ਹੈ ਇਹਦਾ ਮਤਲਬ ਗ੍ਰਾਫ ਦੇ ਅਕੋਰਡਿੰਗ ਵਿੱਚ ਸਾਨੂੰ ਇਹ ਹੀ ਲਿਖ ਰਿਹਾ ਹੈ ਕਿ ਇੱਕ ਡਿਸਕੰਟੀਨਿਉਟੀ ਦਾ ਕੋਈ ਵੀ ਪੁਆਇੰਟ ਨਹੀਂ ਹੈਗਾ ਦਾ ਹੁਣ ਆਪਾਂ ਕਰਦੇ ਹਾਂ ਨੈਕਸਟ ਕੁਐਸਚਨ ਕੁਐਸਚਨ ਨੰਬਰ 12 ਕੁਐਸਚਨ ਨੰਬਰ 12 ਇਹ ਹੋਈ ਹੈ ਕਿ ਸਾਨੂੰ ਪੁਆਇੰਟ ਆਫ ਡਿਸਕੰਟੀਨਿਉਟੀ ਲੱਭਣ ਨੂੰ ਕਿਹਾ ਹੈ ਦਾ ਫੰਕਸ਼ਨ ਤੁਸੀਂ ਦੇਖ ਰਹੇ ਹੋ ਇਹ ਵਾਲਾ ਦਾ ਪਹਿਲਾ ਕੇਸ ਬੰਦਾ ਹੈ ਵੈਨ ਐਕਸ ਇਜ਼ ਲੈਸ ਥੈਨ 1 ਲੈਸ ਦੈਨ 1 ਵਾਸਤੇ ਫੰਕਸ਼ਨ ਉੱਪਰ ਵਾਲਾ ਚੂਜ਼ ਹੋ ਗਿਆ ਫੰਕਸ਼ਨ ਕਿਹੜਾ ਹੈ ਪੋਲੀਨੋਮੀਅਲ ਫੰਕਸ਼ਨ ਪੋਲੀਨੋਮੀਅਲ ਫੰਕਸ਼ਨ ਦਾ ਸਾਨੂੰ ਪਤਾ ਹੈ ਕਿ एवरीवेयर ਕੰਟੀਨਿਊਸ ਹੈ ਹੀ ਜੇ एवरीवेयर ਕੰਟੀਨਿਊਸ ਹੈ ਤਾਂ ਫਿਰ x ਲੈਸ ਦੈਨ 1 ਵਾਸਤੇ ਵੀ ਇਹ ਕੰਟੀਨਿਊਸ ਹੀ ਰਹੇਗਾ ਨੈਕਸਟ ਕੇਸ ਦੇਖੀਏ ਵੈਨ x ਇਸ ਗ੍ਰੇਟਰ ਦੈਨ 1 ਗ੍ਰੇਟਰ ਦੈਨ 1 ਵਾਸਤੇ ਫੰਕਸ਼ਨ ਚੂਜ਼ ਹੋ ਗਿਆ x2 ਇਹ ਵੀ ਫੰਕਸ਼ਨ ਆਪਣਾ ਪੋਲੀਨੋਮੀਅਲ ਫੰਕਸ਼ਨ ਹੈ ਫਿਰ ਸੇਮ ਵਰਡਿੰਗ ਕਿ ਪੋਲੀਨੋਮੀਅਲ एवरीवेयर ਕੰਟੀਨਿਊਸ ਹੁੰਦਾ ਹੈ ਤਾਂ ਐਸ ਕਰਕੇ ਇਹ x 1 ਵਾਸਤੇ ਵੀ ਕੰਟੀਨਿਊਸ ਹੋਏਗਾ ਹੀ ਹੋਏਗਾ ਹੁਣ ਆਪਣਾ ਫੰਕਸ਼ਨ 1 ਤੇ ਸੈਚੂਰੇਟ ਕਰ ਰਿਹਾ ਸੀ ਤਾਂ ਆਪਾਂ ਨੂੰ ਕੰਟੀਨਿਊਟੀ 1 ਤੇ ਚੈੱਕ ਕਰਨੀ ਪੈਣੀ ਹੈ ਤੇ ਪਹਿਲਾਂ ਲੈਫਟ ਲਿਮਟ ਕੱਢੀਏ 1 ਤੇ 1 네ਗੇਟਿਵ ਤੇ ਫੰਕਸ਼ਨ ਚੂਜ਼ ਹੋ ਗਿਆ ਇਹ ਵਾਲਾ ਜਦੋਂ 1 ਪਰ ਆ ਕੈਲਕੂਲੇਸ਼ਨ ਕੀਤੀ ਤਾਂ ਇਹ ਬਣ ਗਿਆ 0 ਲੈਫਟ ਲਿਮਟ ਦੀ ਵੈਲਿਊ ਬਣ ਗਈ 0 ਪਰ ਰਾਈਟ ਲਿਮਟ ਚੈੱਕ ਕਰੀਏ 1 ਤੇ ਫੰਕਸ਼ਨ ਕਿਹੜਾ ਚੂਜ਼ ਹੋਏਗਾ ਇਹ ਵਾਲਾ x² ਜਦੋਂ ਆਪਾਂ ਲਿਮਿਟ ਭਰਾਂਗੇ ਤਾਂ ਰਾਈਟ ਲਿਮਿਟ ਕਿੰਨੀ ਆ ਗਈ 1 ਤਾਂ ਆਪਾਂ ਦੇਖ ਸਕਦੇ ਹਾਂ ਲੈਫਟ ਲਿਮਿਟ ਤੇ ਰਾਈਟ ਲਿਮਿਟ ਦੋਨੇ ਅਨ ਇਕੁਅਲ ਹੈ ਤਾਂ ਇਹਦਾ ਮਤਲਬ ਫੰਕਸ਼ਨ ਕੀ ਹੋ ਗਿਆ ਡਿਸਕੰਟੀਨਿਊਸ ਹੋ ਗਿਆ ਐਟ x 1 ਤੇ ਹੁਣ ਆਪਾਂ ਇਹਦਾ ਗ੍ਰਾਫ ਦੇਖਦੇ ਆ ਤਾਂ ਪਹਿਲਾਂ ਆਪਾਂ ਨੂੰ ਕਿਹਾ ਸੀ x 1 ਵਾਸਤੇ ਤਾਂ ਇਹ ਜਿਹੜਾ ਪੋਰਸ਼ਨ ਹੈ ਗ੍ਰਾਫ ਦਾ ਇੱਥੋਂ ਲੈ ਕੇ ਇੱਥੋਂ ਤੱਕ ਇਹ ਹੈਗਾ x ਦੀ ਪਾਵਰ 10 1 ਵਾਲਾ ਇੱਥੋਂ ਤੱਕ ਉਸ ਤੋਂ ਬਾਅਦ x2 ਇਹ ਵਾਲਾ ਇਹ ਵਾਲਾ ਪੋਰਸ਼ਨ ਕਦੋਂ ਯੂਜ਼ ਕਰਨਾ ਜਦੋਂ x ਦੀਆਂ ਵੈਲਿਊਜ਼ 1 ਤੋਂ ਵੱਡੀਆਂ ਪਰਣੀ ਆ ਤਾਂ ਗ੍ਰਾਫ ਇਹ ਬਣ ਗਿਆ ਆਪਣੇ ਕੋਲੇ ਤਾਂ ਹੁਣ ਆਪਾਂ ਦੇਖੀਏ 1 ਤੋਂ ਲੈਫਟ ਸਾਈਡ ਤੇ ਕੰਟੀਨਿਊਸ ਹੈ 1 ਤੋਂ ਰਾਈਟ ਸਾਈਡ ਤੇ ਕੰਟੀਨਿਊਸ ਹੈ ਬਟ ਜਦੋਂ ਆਪਾਂ 1 ਤੇ ਦੇਖਦੇ ਆ ਤਾਂ ਆਪਾਂ 1 ਤੇ ਦੇਖੀਏ ਤਾਂ 1 ਤੋਂ ਲੈਫਟ ਲਿਮਿਟ ਦੀ ਜੇ ਆਪਾਂ ਗਲਤ ਕਰੀਏ ਆ ਦੇਖੋ ਤਾਂ ਉਹ ਆਰੀਆ 0 ਆਪਾਂ ਇੱਥੇ ਵੀ ਦੇਖਿਆ ਸਾਰੇ ਕੋਲ ਲੈਫਟ ਲਿਮਿਟ ਦੀ ਵੈਲਿਊ 0 जो वन पर राइट लिमिट चेक की इधरों आवाने तो राइट लिमिट की वैल्यू बननी है वन आ देखो वन ता इस करके लैफ्ट लिमिट जीरो सी राइट लिमिट वन है तो इस करके फंक्शन साढ़ा डकॉन्टीन्यूअस है वन पर आप ग्राफ च भी देख सकते हैं कि इतने अपने को जंप आ गया वन पर ओके इस तुम तो बात आप करते हैं क्वेश्चन नंबर थर्टीन थर्टीन क्वेश्चन की स्टेटमेंट कुछ इस तरह ਉਨੇ ਕਿ ਆਪਾਂ ਨੂੰ ਕਿ ਇਸ ਫੰਕਸ਼ਨ ਥਿਸ ਅ ਕੰਟੀਨਿਊਸ ਫੰਕਸ਼ਨ ਤਾਂ ਆਪਾਂ ਨੂੰ ਪੁੱਛਿਆ ਉਹਨੇ ਠੀਕ ਹੈ ਜੀ ਹੁਣ ਆਪਾਂ ਚੈੱਕ ਕਰਦੇ ਹਾਂ ਕਿਹੜੇ ਕਿਹੜੇ ਪਾਰਟਸ ਸਾਰੇ ਪਾਰਟਸ ਇਹਦੇ ਚੈੱਕ ਕਰਨੀ ਪੈਣੀਗੇ ਪ੍ਰੀਵੀਅਸ ਕੁਐਸਚਨਸ ਦੀ ਤਰ੍ਹਾਂ ਹੀ ਤਾਂ ਆਪਣੇ ਕੋਲੇ ਇੱਕ ਪਾਰਟ ਬੰਦਾ ਕਿ x ਲੈਸ ਥੈਨ 1 ਵਾਸਤੇ ਗੱਲ ਕਰੀਏ ਫੰਕਸ਼ਨ ਕੀ ਚੁਸ ਹੋਏਗਾ x ਲੈਸ ਥੈਨ 1 ਵਾਸਤੇ x 5 ਜਿਹੜਾ ਕਿ ਪੋਲੀਨੋਮੀਅਲ ਫੰਕਸ਼ਨ ਹੈ ਤੇ ਪੋਲੀਨੋਮੀਅਲ ਫੰਕਸ਼ਨ 에ਵਰੀਵੇਅਰ ਕੰਟੀਨਿਊਸ ਹੁੰਦਾ ਇਸ ਕਰਕੇ ਇਹ x less than 1 واستے بھی کنٹینیوس ہی ਹੋے گا۔ تا پہلا پارٹ اپنا کلیئر ہو گیا۔ نیکسٹ کیس وین x इज दे ग्रेटर देन 1 ग्रेटर देन 1 واستے فنکشن ਆਪਾਂ ਚੂਜ਼ ਕਰ ਲਿਆ। ਇਹਨੂੰ ਦੇਖਿਆ ਨਾਲ ਦੀ ਨਾਲ ਆਪਾਂ ਨੂੰ ਪਤਾ ਲੱਗਿਆ ਕਿ ਇਹ ਵੀ ਪੋਲੀਨੋਮੀਅਲ ਫੰਕਸ਼ਨ ਹੈ। ਪੋਲੀਨੋਮੀਅਲ ਫੰਕਸ਼ਨ 에ਵਰੀਵੇਅਰ ਕੰਟੀਨਿਊਸ ਹੁੰਦੇ ਐ। ਜੇ ਹਰ ਕਿਤੇ ਹੀ ਕੰਟੀਨਿਊਸ ਹੈ ਤਾਂ ਫਿਰ ਇਹਨੂੰ x ग्रेटर देन 1 واسਤੇ ਕੰਟੀਨਿਊਸ ਹੋਣ ਤੋਂ ਕੋਈ ਵੀ ਰੋਕ ਹੀ ਨਹੀਂ ਸਕਦਾ ਕਿਉਂਕਿ ਇਹ 에ਵਰੀਵੇਅਰ ਕੰਟੀਨਿਊਸ ਹੈ। नैक्स चेक करिए क्योंकि वन पर फंक्शन थोड़ा डगमगा रहा है तो आप कॉन्टीन्यूटी चैक करा कि एट पॉइंट एक्स इज एकल टू वन पर पहले लैफ्ट लिमिट चेक करिए वन नैगेटिव वास्ते वन नैगेटिव वास्ते फंक्शन उपर वाला होगा तो उस तो बाद जो लिमिट भर तो five, six, वन प्लस फाइव लिमिट की वैल्यू आ गई सिक्स लैफ्ट लिमिट की राइट लिमिट चैक करिए एक्स अप्रोच टू वन पॉजिटिव से एफ ओफ एक्स फंक्शन वन पॉजिटिव वास्ते आएगा ए वाला एक्स माइनस फाइव ਜਦੋਂ ਲਿਮਿਟ ਪੁੱਟ ਕੀਤੀ ਤਾਂ 1 5 4 ਤਾਂ ਰਾਈਟ ਲਿਮਿਟ ਆ ਗਈ -4 ਲੈਫਟ ਲਿਮਿਟ ਆਪਾਂ ਪਹਿਲਾਂ ਕੱਢੀ ਸੀ 6 ਇਹਦਾ ਮਤਲਬ ਦੋਨੇ ਬਰਾਬਰ ਨਹੀਂ ਆਈਆਂ ਤਾਂ ਫੰਕਸ਼ਨ ਕੀ ਹੋ ਗਿਆ ਡਿਸਕੰਟੀਨਿਊਸ ਐਟ x 1 ਓਕੇ ਨਾਓ ਸੀ ਦਾ ਗ੍ਰਾਫ ਇਹ ਵਾਲਾ ਜਿਹੜਾ ਗ੍ਰਾਫ ਹੈ ਇਹ ਹੈਗਾ x 5 ਦਾ ਇਹ ਕਿਹੜੀਆਂ ਵੈਲਿਊਜ਼ ਵਾਸਤੇ ਸੀ ਜਿਹੜੀਆਂ 1 ਤੇ 1 ਤੋਂ ਛੋਟੀਆਂ ਸੀ ਗਿਆ ਤਾਂ ਇਹ ਵਾਲਾ ਗ੍ਰਾਫ ਬਣ ਗਿਆ x 5 ਦਾ ਸਟ੍ਰੇਟ ਲਾਈਨ ਉਸ ਤੋਂ ਬਾਅਦ 1 ਤੋਂ ਵੱਡੀਆਂ ਵੈਲਿਊਜ਼ ਵਾਸਤੇ ਫੰਕਸ਼ਨ ਚ ਯੂਜ਼ ਕਰਨਾ ਸੀ ਤਾਂ ਇਹਦੇ ਵਾਸਤੇ ਗ੍ਰਾਫ ਬਣ ਗਿਆ ਇਹ ਵਾਲਾ ਠੀਕ ਹੈ ਜੀ ਹੁਣ ਆਪਾਂ ਦੇਖੀਏ 1 ਤੋਂ ਲੈਫਟ ਦੇਖੀਏ ਤਾਂ ਗ੍ਰਾਫ ਜਿਹੜਾ ਕੰਟੀਨਿਊਸ ਹੈ ਕੋਈ ਪ੍ਰੋਬਲਮ ਨਹੀਂ 1 ਤੋਂ ਰਾਈਟ ਦੇਖੀਏ ਗ੍ਰਾਫ ਕੰਟੀਨਿਊਸ ਹੈ ਕੋਈ ਪ੍ਰੋਬਲਮ ਨਹੀਂ 1 ਤੇ ਚੈੱਕ ਕਰੀਏ ਤਾਂ 1 ਤੇ ਲੈਫਟ ਲਿਮਿਟ ਹੈ ਜਿਹੜੀ ਉਹ ਆ ਰਹੀ ਹੈ 6 1 ਤੇ ਰਾਈਟ ਲਿਮਿਟ ਹੈ ਜਿਹੜੀ ਉਹ ਚੈੱਕ ਕਰੀ ਆ ਰਹੀ ਹੈ -4 ਆ ਦੇਖੋ ਉੱਪਰ ਵੀ ਆਪਾਂ ਇਹ ਹੀ ਦੇਖਿਆ ते लेफ्ट लिमिट सिक्स ते राइट लिमिट है माइनस फोर दोनों की है अनईकुअल तो अपना ग्राफ यो भी कह रहा है जो अपना ऊपर सोल्यूशन कह रहा है कि फंक्शन सारे कित कॉन्टीन्यूअस है बट एक्स इज इक्वल टू तो वन ते डिसकॉटीन्यूस